ਅੱਜ ਪੰਜਾਬ ਵਿੱਚ ਕੁਝ ਥਾਵਾਂ ਤੇ ਹੋ ਰਹੀਆਂ ਹਨ ਦੁਬਾਰਾ ਪੰਚਾਇਤੀ ਚੋਣਾਂ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਹਰਸਾ ਸ਼ੀਨਾ ਅਧੀਨ ਆਉਂਦੇ ਪਿੰਡ ਲਾਦੇ ਵਿਖੇ 75 ਨੰਬਰ ਬੂਥ ਉੱਤੇ 30 ਦਸੰਬਰ ਨੂੰ ਰੱਦ ਹੋਈਆਂ ਪੰਚਾਇਤੀ ਚੋਣਾਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਸ਼ੁਰੂ ਹੋ ਗਈਆਂ, ਜਦਕਿ ਪਿੰਡ ਦੇ ਅਕਾਲੀ ਧੜੇ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ। ਇਸ ਪਿੰਡ ਵਿੱਚ ਅਕਾਲੀ ਉਮੀਦਵਾਰ ਸਰਪੰਚ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਕਾਂਗਰਸ ਪਾਰਟੀ ਦਾ ਸਰਪੰਚ ਪਹਿਲਾਂ ਹੀ ਬਣ ਗਿਆ ਹੈ, ਜਦਕਿ 5 ਪੰਚਾਂ ਦੀਆਂ ਚੋਣਾਂ ਹੋ ਰਹੀਆਂ ਹਨ। ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ। ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ, ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ। ਦੋਸਤੋ, ਅੱਜ ਅਸੀਂ ਪੁੱਜੇ ਹਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਲਦੇਹ ਵਿਖੇ, ਜਿੱਥੇ ਕਿ ਪਿਛਲੇ ਦਿਨੀ ਪੰਚਾਇਤ ਚੋਣਾਂ ਵਾਲੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੈਲਟ ਪੇਪਰ ਪਾੜੇ ਜਾਣ ਤੋਂ ਬਾਅਦ ਅੱਜ ਮੁੜ ਚੋਣਾਂ ਹੋ ਰਹੀਆਂ ਹਨ। ਅੱਜ ਸਵੇਰੇ ਸਵੇਰੇ ਠੰਡ ਹੋਣ ਦੇ ਬਾਵਜੂਦ ਵੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਜੇਕਰ ਗੱਲ ਕੀਤੀ ਜਾਵੇ ਇਸ ਬੂਥ ਦੀ, ਬਲਾਕ ਹਰਸਾ ਸ਼ੀਨਾ ਦਾ ਇਹ 75 ਨੰਬਰ ਬੂਥ ਹੈ, ਜਿੱਥੇ 695 ਵੋਟਰ ਹਨ। ਇੱਥੇ ਸਰਪੰਚੀ ਦੀ ਚੋਣ ਪਹਿਲਾਂ ਆਲਰੇਡੀ ਹੋ ਚੁੱਕੀ ਹੈ ਅਤੇ ਹੁਣ 5 ਮੈਂਬਰਾਂ ਦੀ ਅੱਜ ਚੋਣ ਹੋ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੱਜ ਵੱਖ ਵੱਖ 8 ਜ਼ਿਲ੍ਹਿਆਂ ਦੇ 14 ਬਲਾਕਾਂ ਵਿੱਚ ਵੀ ਮੁੜ ਚੋਣਾਂ ਹੋ ਰਹੀਆਂ ਹਨ, ਜਿਸ ਸੰਬੰਧੀ ਵੀ ਅਸੀਂ ਤੁਹਾਨੂੰ ਅਜੀਤ ਵੈਬ ਟੀਵੀ ਦੇ ਨਾਲ ਦੀ ਨਾਲ ਸਾਰੀਆਂ ਅਪਡੇਟ ਦਿੰਦੇ ਰਹਾਂਗੇ। ਇਸ ਸਮੇਂ ਸਾਡੇ ਨਾਲ ਪਿੰਡ ਲਦੇਹ ਦੇ ਕੁਛ ਵੋਟਰ ਹਨ, ਆਓ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਇਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ। ਹਾਂਜੀ ਭਾਅ ਜੀ, ਤੁਹਾਡਾ ਨਾਮ ਕੀ ਹੈ ਜੀ? ਮੈਂ ਦਰਬਾਰ ਸਿੰਘ ਸਾਹਿਬ ਜੀ। ਹਾਂਜੀ, ਕਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਵੋਟਾਂ ਦਾ? ਬਹੁਤ ਸੋਹਣੇ ਚੱਲਣ ਡਿਆ ਜੀ, ਬਹੁਤ ਵਧੀਆ, ਵਧੀਆ ਤੋਂ ਵਧੀਆ ਚੱਲਣ ਡਿਆ ਜੀ। ਕੋਈ ਦਹਿਸ਼ਤ ਹੈ ਪਿੰਡ ਦੇ ਵਿੱਚ ਜੀ ਦੁਬਾਰਾ ਅੱਜ ਪੋਲਿੰਗ ਹੋ ਰਹੀ ਹੈ? ਪਹਿਲਾਂ ਹੈ ਹੀ, ਹੁਣ ਨਹੀਂ ਹੁੰਦਾ। ਵੇਖੋ, ਬਹੁਤ ਸੋਹਣੀ ਚੱਲ ਰਹੀ ਆ, ਬਹੁਤ ਵਧੀਆ। ਪਹਿਲਾਂ ਕੀ ਕਾਰਨ ਸੀ ਇੱਥੇ ਚੋਣਾਂ ਰੱਦ ਹੁੰਦਾ? ਪਹਿਲਾਂ ਅਕਾਲੀ ਪਾਰਟੀ ਆ ਕੇ ਰੱਦ ਕਰਤੇ ਜੋ ਪਾੜਤੇ ਜੋ ਆਪਣੇ ਆਪ ਹੀ ਤਿੰਨੇ ਹੈਗੇ, ਤਿੰਨਾਂ ਨੇ ਪਾੜ ਕੇ ਰੱਖੇ, ਭੱਜ ਗਏ ਫਿਰ ਇੱਥੋਂ 11 ਵਜੇ। ਬਹੁਤ ਵਧੀਆ ਹੁਣ ਚੱਲ ਰਹੀ ਜੋ। ਸਾਡੇ ਨਾਲ ਨੇ DSP ਨਾਲਾ ਸਰਦਾਰ ਹਰਪ੍ਰੀਤ ਸਿੰਘ, ਆਓ ਉਹਨਾਂ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੋਲਿੰਗ ਬੂਥ ਦੇ ਬਾਅਦ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ। ਹਾਂਜੀ ਸਰ, ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਸੁਰੱਖਿਆ ਦੇ ਪ੍ਰੋਪਰ ਸਾਰਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਗਿਆ, ਪੋਲਿੰਗ ਜਿਹੜੀ ਹੈ ਪੀਸਫੁਲ ਚੱਲ ਰਹੀ ਹੈ। ਕੁੱਲ ਕਿੰਨੇ ਮੁਲਾਜ਼ਮ ਤੈਨਾਤ ਕੀਤੇ ਗਏ ਇੱਥੇ ਜੀ? ਮੁਲਾਜ਼ਮ ਕੋਈ 50 ਦੇ ਕਰੀਬ ਤੈਨਾਤ ਨੇ, ਬਾਕੀ ਪੈਟਰੋਲਿੰਗ ਪਾਰਟੀਆਂ ਅਲੱਗ ਚੱਲਦੀਆਂ ਪਈਆਂ। ਦੂਜੇ ਪਾਸੇ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਰਤਨਗੜ੍ਹ ਵਿੱਚ ਪੰਚਾਇਤੀ ਚੋਣਾਂ ਦੌਰਾਨ ਬੈਲਟ ਪੇਪਰ ਚੁੱਕੇ ਜਾਣ ਤੋਂ ਬਾਅਦ ਪਿੰਡ ਵਿੱਚ ਸਰਪੰਚ ਦੀ ਚੋਣ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਦੁਬਾਰਾ ਸਰਪੰਚ ਦੀ ਚੋਣ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਵੋਟ ਪਾ ਰਹੇ ਹਨ। ਸਕਿਉਰਟੀ ਦੇ ਪ੍ਰਬੰਧ ਸਾਡੇ ਇਸ ਤਰ੍ਹਾਂ ਦੇ ਨੇ, ਰਾਤ ਨੂੰ ਸਾਡੀ ਪੈਟਰੋਲਿੰਗ ਪਾਰਟੀਆਂ ਅਤੇ ਗਸਤਾਂ ਨਾਕੇ ਅਸੀਂ ਲਾਈਏ ਸੀਗੇ, ਤਾਂ ਕਿ ਕੋਈ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਨਾ ਕਰ ਸਕੇ। ਬਾਕੀ ਪੋਲਿੰਗ ਬੂਥ 'ਤੇ ਵੀ ਸਾਡੀ ਸਕਿਉਰਟੀ ਪੂਰੀ ਹੈ, ਜਿੰਨੇ ਵੀ ਫੋਰਸ ਸੀ ਸਾਰੀ ਰਾਤ ਉਹਨਾਂ ਨੇ ਗਸਤਾਂ ਅਤੇ ਨਾਕੇ ਕੀਤੇ ਨੇ। ਪੋਲਿੰਗ ਬੂਥ 'ਤੇ ਵੀ ਜਿਹੜੀ ਸਟਰੈਂਥ ਹੈ ਉਹ ਵਧਾਈ ਗਈ ਹੈ, ਤਾਂ ਕਿ ਕੋਈ ਜਿਹੜੀ ਹੈ ਅਣਸੁਖਾਵੀ ਘਟਨਾ ਨਾ ਹੋਵੇ। ਬਾਕੀ ਪੀਸਫੁੱਲ ਇਲੈਕਸ਼ਨ ਚੱਲ ਰਿਹਾ, ਕੋਈ ਏਡੀ ਘਬਰਾਉਣ ਦੀ ਵੀ ਕੋਈ ਗੱਲ ਨਹੀਂ ਹੈ। ਬਿਲਕੁਲ ਮਾਹੌਲ ਬਿਲਕੁਲ ਸ਼ਾਂਤ ਹੈ, ਕੋਈ ਏਡੀ ਗੱਲ ਨਹੀਂ ਹੈ।